ਸਿੱਧਾ ਸਾਹਿਬ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਮੈਂ ਹੁਣੇ ਦੇਖਦਾ ਕਾਪੀ 'ਚ, ਬੜੀ ਦੇਰ ਹੋ ਗਈ ਗਾਇਆ ਨਹੀਂ ਹੈਗਾ, ਜੇ ਹੋਇਆ ਤਾਂ ਮੈਂ ਜ਼ਰੂਰ ਸੁਣਾ ਦੇਵਾਂਗਾ। ਉਹ ਫਰਮਾਇਸ਼ ਆਈ ਹੈ 100 ਦੇ ਨੋਟ ਦੀ। ਸਾਧਾ ਲੋਕ ਬੜੇ ਪੁਰਾਣੇ ਜ਼ਮਾਨੇ ਦੀ ਗੱਲ ਹੈ, ਉਹਨਾਂ ਵੇਲਿਆਂ ਦੀਆਂ ਗੱਲਾਂ ਨੇ, ਜਦੋਂ ਸ਼ਹਿਰ ਦਾ ਕੋਈ ਕੰਮ ਪੈਂਦਾ, ਘਰ ਦੇ ਵਿੱਚ ਚਾਹੇ 10 ਜੀ ਹੋਣ, ਚਾਹੇ 8 ਹੋਣ, ਚਾਹੇ 12 ਹੋਣ, ਹਰ ਇੱਕ ਜੀ ਇੱਕ ਦੂਜੇ ਨੂੰ ਕਹਿੰਦਾ ਸੀ ਯਾਰ ਤੂੰ ਜਾਇਆ, ਕਿਉਂਕਿ ਸ਼ਹਿਰ ਦੇ ਲੋਕਾਂ ਤੋਂ ਬੜੀ ਘਬਰਾਹਟ ਹੁੰਦੀ ਸੀ। ਪੜ੍ਹੇ ਲਿਖੇ ਲੋਕ ਹੁੰਦੇ ਸੀਗੇ, ਪਿੰਡ ਦੇ ਲੋਕ ਵਿਚਾਰੇ ਡਰਦੇ ਹੁੰਦੇ ਸੀਗੇ, ਯਾਰ ਉੱਥੇ ਜਾ ਕੇ ਕੋਈ ਐਵੇਂ ਨਾ ਪੰਗਾ ਪੈ ਜਾਵੇ, ਕਿਸੇ ਗੱਡੀ ਮੋਟਰ ਥੱਲੇ ਨਾ ਆ ਜਾਈਏ, ਜਾਂ ਕੋਈ ਐਵੇਂ ਨਾ ਕਿਸੇ ਨੂੰ ਗੱਲ ਪਾ ਦੇ, ਮਤਲਬ ਸ਼ਹਿਰ ਦੇ ਲੋਕਾਂ ਤੋਂ ਡਰਦੇ ਹੁੰਦੇ ਸੀਗੇ। ਹੁਣ ਤਾਂ ਕਿਉਂਕਿ ਸ਼ਹਿਰ ਅਤੇ ਪਿੰਡ ਇੱਕੋ ਹੀ ਗੱਲ ਹੋ ਗਈ ਹੈ, ਆਉਣ ਜਾਣ ਦੇ ਸਾਧਨ ਵੀ ਹੋ ਗਏ ਨੇ, ਸਵੇਰੇ ਬੱਚੇ ਵੀ ਸਾਡੇ ਕਾਲਜਾਂ 'ਚ ਪੜ੍ਹਦੇ ਨੇ, ਇਸ ਕਰਕੇ ਕੋਈ ਫਰਕ ਨਹੀਂ ਰਿਹਾ, ਲੇਕਿਨ ਪਹਿਲਾਂ ਬਹੁਤ ਹੁੰਦਾ ਸੀਗਾ। ਲਓ ਸੁਣ ਲਾ ਤੇਰਾ ਗੌਰ ਨਾਲ, ਛੇਤੀ ਕਿਤੇ ਨੌਜਵਾਨ ਮੁੰਡੇ ਨੂੰ ਸ਼ਹਿਰ ਨਹੀਂ ਸੀ ਭੇਜਦੇ ਵੀ ਆਟੋ ਜਾਵੇਗਾ ਗਵਾਚ ਜਾਵੇਗਾ, ਇਸ ਕਰਕੇ ਲਓ ਸੁਣ ਲਾ ਤੇਰਾ ਗੌਰ ਨਾਲ ਜਿਹੜਾ ਗੀਤ ਪੇਸ਼ ਕਰਨ ਲੱਗਿਆ, ਉਹ ਕੁਝ ਇਹੀ ਜਿਹੀ ਕਹਾਣੀ ਹੈ। ਗੱਲ ਇਹ ਹੈ ਆਪਾਂ ਪਿੰਡਾਂ ਦੇ ਰਹਿਣ ਵਾਲੇ ਲੋਕ ਹੈ, ਸਵੇਰੇ ਸ਼ਾਮੀ ਖੇਤਾਂ ਵੱਲ ਜਾਈਦਾ, ਖੇਤਾਂ ਵਿੱਚ ਦਰਖਤਾਂ ਦੇ ਉੱਤੇ ਪੰਛੀਆਂ ਨੇ ਆਲਣੇ ਪਾਏ ਹੁੰਦੇ ਨੇ, ਜਦੋਂ ਕਿਸੇ ਪੰਛੀ ਦੇ ਆਲਣੇ ਵਿੱਚ ਉਹਦੇ ਬੋਰਡ ਦੇ ਖੰਭ ਨਿਕਲਦੇ ਨੇ, ਉਹ ਦੂਜੇ ਪੰਛੀਆਂ ਵਾਂਗੂ ਉਡਾਰੀ ਮਾਰਨਾ ਚਾਹੁੰਦਾ ਹੁੰਦਾ, ਇੱਕ ਟਾਈਮ ਤੋਂ ਦੂਜੀ 'ਤੇ, ਦੂਜੀ ਤੋਂ ਤੀਜੀ 'ਤੇ, ਤੀਜੀ ਤੋਂ ਚੌਥੀ 'ਤੇ, ਇਹੀ ਇਨਸਾਨੀ ਸੁਭਾਅ ਹੈ, ਫਿਤਰਤ ਹੈ ਇਨਸਾਨ ਦੀ। ਜਦੋਂ ਕੋਈ ਗੱਭਰੂ 17-18 ਸਾਲ 'ਚ ਪੈਰ ਧਰਦਾ, ਉਦੋਂ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ, ਉਹ ਦਰਾ ਜਾ ਕੇ ਖੜਦਾ ਹੁੰਦਾ, ਉੱਥੋਂ ਦੀ ਕੌਣ ਆਉਂਦਾ, ਕੌਣ ਜਾਂਦਾ, ਕੌਣ ਲੰਘਦਾ, ਕੌਣ ਖੜਦਾ, ਇਸ ਗੱਲ ਤਾਂ ਸ਼ਾਇਦ ਉਹਨੂੰ ਕੋਈ ਬਹੁਤਾ ਮਤਲਬ ਨਹੀਂ ਹੁੰਦਾ, ਪਰ ਜੀ ਨਹੀਂ ਅੰਦਰ ਲੱਗਦਾ ਹੁੰਦਾ। ਇਵੇਂ ਜਿਵੇਂ ਇੱਕ ਗੱਭਰੂ ਨੂੰ ਆਪਣੇ ਦਰਾਂ ਮੂਹਰੇ ਖੜ੍ਹੇ ਜਦੋਂ ਕਈ ਦਿਨ ਉਹਦੇ ਹਾਣ ਦੇ ਨਾਲ ਦੇਖ ਲਿਆ, ਉਹ ਸਮਝ ਗਏ ਵੀ ਪੰਛੀ ਉਡਾਰੀ ਮਾਰਨ ਵਾਲਾ ਹੈ, ਇਸ਼ਾਰਾ ਭਾੜਦਾ, ਫਿਰ ਕੀ ਹੈ, ਜਾਂਦੇ ਹੋਏ ਕੰਨ 'ਚ ਫੂਕ ਮਾਰ ਗਿਆ ਕੁਛ, ਹੁਣ ਤਾਂ ਗੱਭਰੂ ਸ਼ਹਿਰ ਦੇਖਣ ਵਾਸਤੇ ਉਤਾਵਲਾ ਹੋ ਗਿਆ, ਬੜੇ ਬਹਾਨੇ ਬਣਾਉਂਦਾ, ਬੜੀਆਂ ਸਕੀਮਾਂ ਕੱਢਦਾ, ਪਰ ਕੋਈ ਸਕੀਮ ਸਿਰੇ ਨਾ ਚੜ੍ਹੀ। ਇੱਕ ਦਿਨ ਗੱਭਰੂ ਨੇ ਦੇਖਿਆ ਵੀ ਅੱਜ ਬਾਈ ਜੀ ਕਰ ਨਹੀਂ ਹੈਗੇ, ਇਕੱਲੀ ਭਰਜਾਈ ਹੈ, ਭਰਜਾਈ ਦੇ ਗੱਲ ਪੈ ਗਿਆ, ਕਹਿੰਦਾ ਪੈਸੇ ਕੱਢ, ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ। ਸੌਦੇ ਪੱਤੇ ਦਾ ਬਹਾਨਾ ਸੀ, ਜਾਣਾ ਤਾਂ ਸ਼ਹਿਰ ਦੇਖਣ ਸੀ, ਪੈਸੇ ਕੱਢ, ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ। ਉਹ ਅਧੀ ਇਹ ਕੰਮ ਤੇਰੇ ਬਾਈ ਦਾ, ਅੱਗੇ ਵੀ ਉਹੀ ਲੈ ਕੇ ਆਉਂਦਾ ਹੁੰਦਾ, ਹੁਣ ਵੀ ਉਹੀ ਲੈ ਆਊਗਾ, ਤੂੰ ਖੇਤ ਵੱਲ ਚੱਕਰ ਮਾਰਿਆ, ਉੱਥੇ ਮੁੰਡੇ ਕੌਡੀ ਕੁਡੀ ਖੇਡਦੇ ਹੋਣਗੇ, ਜਾ ਕੇ ਤੂੰ ਵੀ ਖੇਡਿਆ। ਇੰਨੀ ਗੱਲ ਸੁਣ ਕੇ ਭਰਜਾਈ ਨਾਲ ਗੁੱਸੇ ਹੋ ਗਿਆ, ਕਹਿੰਦਾ ਲੈ ਕੌਡੀ ਖੇਡਿਆ, ਕੌਡੀ ਖੇਡਿਆ, ਤੂੰ ਤਾਂ ਮੈਨੂੰ ਗੱਭਰੂ ਹੀ ਨਹੀਂ ਆਉਣ ਦਿੰਦੀ, ਉਹ ਕਹਿੰਦੀ ਫਿਟੇ ਮੂੰਹ, ਮੈਂ ਤੇਰੇ ਗੱਭਰੂ ਹੁਣ 'ਚ ਕੀ ਬ੍ਰੇਕਾਂ ਲਾਈਆਂ ਹੋਈਆਂ ਨੇ, ਕੌਣ ਕਿਸੇ ਨੂੰ ਰੋਕਦਾ, ਕੌਣ ਰੋਕ ਸਕਦਾ, ਹੋਈ ਜਾ ਗੱਭਰੂ। ਅੱਗੋਂ ਕਹਿੰਦਾ ਨਹੀਂ, ਮੇਰਾ ਮਤਲਬ ਤਾਂ ਇਹ ਹੈ, ਜੇ ਤੂੰ ਮੈਨੂੰ ਕੋਈ ਚੱਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ, ਜੋ ਕੋਈ ਜ਼ਿੰਮੇਵਾਰੀ ਸੌਂਪੇ ਉਹ ਭੁਗਤਾ ਕੇ ਦਿਖਾਵਾਂ, ਤਾਂ ਹੀ ਲੋਕ ਆਪਸ 'ਚ ਗੱਲਾਂ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ, ਉਹਨਾਂ ਦਾ ਮੁੰਡਾ ਜਵਾਨ ਹੋ ਗਿਆ, ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ, ਉਹਨਾਂ ਦਾ ਮੁੰਡਾ ਉਹਨਾਂ ਦਾ ਮੁੰਡਾ ਮੰਗਣ 'ਤੇ ਵਿਆਹਣ ਦੇ ਕਾਬਲ ਹੋ ਗਿਆ, ਫਿਰ ਕਿਤੇ ਜਾ ਕੇ ਮੇਰੇ ਮੰਗਣੇ ਵਿਆਹ ਦੀ ਗੱਲ ਚੱਲੂਗੀ? ਤੂੰ ਤਾਂ ਸਵੇਰੇ ਉੱਠ ਕੇ ਕਹਿੰਦੀ ਆ ਜਾਂ ਖੇਤ ਵੱਲ ਚੱਕਰ ਮਾਰਿਆ, ਜਾਂ ਕੌਡੀ ਖੇਡਿਆ, ਜਾਂ ਕੌਡੀ ਖੇਡਿਆ, ਜਾਂ ਖੇਤ ਵੱਲ ਚੱਕਰ ਮਾਰਿਆ, ਇਹ ਵੀ ਕੋਈ ਕੰਮਾਂ 'ਚੋਂ ਕੰਮ ਹੈ? ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਹਾਂ, ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ, ਸ਼ਹਿਰ 'ਚ ਬੜਾ ਭੀੜ ਭੜੱਕਾ ਹੁੰਦਾ, ਥਾਂ ਥਾਂ ਜੇਬ ਕਤਲੇ ਤੁਰੇ ਫਿਰਦੇ ਨੇ, ਕਿਤੇ ਜੇਬ ਕਟਾ ਕੇ ਭੇਜੇਗਾ, ਆਪ ਉੱਟਣ ਜਾਵੇਗਾ, ਪੈਸੇ ਗੁਆਚ ਜਾਣਗੇ, ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾਲ ਜਾ, ਬਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਹਦੇ ਹਾਣਦਿਆਂ ਨੇ ਉਹਨੂੰ ਕੱਲ੍ਹ 'ਚ ਦੱਸਿਆ ਹੋਇਆ ਵੀ ਸ਼ਹਿਰ ਇਕੱਲੇ ਹੀ ਜਾਈਦਾ, ਉੱਥੇ ਬੜੀਆਂ ਵੰਨ ਸੁਵੰਨੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ, ਬਾਜ਼ਾਰ 'ਚ ਬੜੋ ਤਾਂ ਕੌਣ ਮਿਲਦਾ ਹੁੰਦਾ, ਕਾਲਜ ਮੂਹਰੇ ਖੜੋ ਤਾਂ ਕੌਣ ਮਿਲਦਾ ਹੁੰਦਾ, ਕਿਸੇ ਮੋੜ 'ਤੇ ਖੜ੍ਹ ਜਾਂਦਾ ਕੌਣ ਟੱਕਰਦਾ ਹੁੰਦਾ, ਪੁੱਲ ਭੁਲੇਖੇ ਥਾਣੇ ਮੂਹਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਹੈ, ਸਾਰਾ ਕੁਝ ਦੱਸਿਆ ਹੋਇਆ। ਲਓ ਜੀ ਜਦੋਂ ਨਾ ਹੀ ਹਟਿਆ ਪੈਸੇ ਮੰਗਣ ਤੋਂ, ਭਰਜਾਈ ਨੂੰ ਆ ਗਿਆ ਗੁੱਸਾ, ਉਹਨੇ ਕੱਢ ਕੇ 100 ਰੁਪਈਆ ਮੂੰਹ 'ਤੇ ਮਾਰਿਆ, ਕਹਿੰਦੀ ਜਾ ਚਲੇ ਜਾ, ਰਹਿ ਕੇ 100 ਰੁਪਈਆ ਚਾਹੀਂ ਚਾਹੀਂ ਸ਼ਹਿਰ ਨੂੰ ਉੱਠ ਗਿਆ। ਆਥਣ ਵੇਲੇ ਨਿਆਈ ਵਾਲੇ ਖੇਤ 'ਚੋਂ ਭਰਜਾਈ ਸਾਗ ਤੋੜਨ ਵਾਸਤੇ ਗਈ, ਸਾਗ ਤੋੜਦੀ ਦੀ ਉਹਦੀ ਨਿਗਾਹ ਲਿੰਕ ਰੋਡ ਵੱਲ ਜਾ ਪਈ, ਤਾਂ ਦੂਰੋਂ ਇਕੱਲਾ ਹੀ ਤੁਰਿਆ ਆਉਂਦਾ ਦੇਖ ਕੇ ਪਛਾਣ ਗਈ ਵੀ ਹੈ ਤਾਂ ਸਾਡਾ ਹੀ ਭੌਂਦੂ, ਪਰ ਇਹ ਤੁਰਿਆ ਕਿਉਂ ਆਉਂਦਾ, ਘਰੋਂ ਤਾਂ ਪੈਸੇ ਲੈ ਕੇ ਗਿਆ ਸੀ, ਅੱਜ ਕੱਲ੍ਹ ਜਿਹਦੀ ਜੇਬ 'ਚ ਪੈਸੇ ਨੇ ਉਹ ਤੁਰਦਾ ਕਿੱਥੇ ਹੈ, ਗੱਡੀ ਮੋਟਰ ਟਾਂਗਾ ਰਿਕਸ਼ਾ 100 ਸਵਾਰੀਆਂ ਨੇ, ਅੱਜ ਕੱਲ੍ਹ ਤਾਂ ਪਿੰਡਾਂ 'ਚ ਦੇਸੀ ਮਰੂਤੇ ਬੜੇ ਚੱਲਦੇ ਨੇ, ਧੁੱਖ ਪੁੱਖ ਧੁੱਖ 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 ਹੈ। ਫਿਰ ਭਰਜਾਈ ਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇਹੜੀ, ਕੋਈ ਗੱਡਾ, ਕੋਈ ਟਰਾਲੀ, ਕੋਈ ਰੇਹੜਾ ਸ਼ਹਿਰ 'ਚ ਟੱਕਰ ਗਿਆ ਹੋਣਾ, 100 ਰੁਪਈਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਰੱਖ ਦਿੱਤਾ ਹੋਊ, ਆਪ ਮੌਜ ਨਾਲ ਤੁਰਿਆ ਆਉਂਦਾ ਹੋਣਾ, ਪਰ ਦੋਸਤੋ ਜ਼ਰਾ ਕੁ ਨੇੜੇ ਆਇਆ, ਲੜਕੇ ਜਾਂ ਮੂੰਹ ਦੇਖ ਕੇ ਭਰਜਾਈ ਸਮਝ ਗਈ ਵੀ ਇਹ ਮੌਜ ਮੂਜ ਵਾਲੀ ਚਾਲ ਨਹੀਂ ਹੈ, ਜ਼ਰੂਰ ਕੋਈ ਭਾਣਾ ਵਰਤਿਆ ਹੋਇਆ, ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਜੀ ਉੱਥੇ, ਗੁੱਸਾ ਭਰਜਾਈ ਵੀ ਬੜਾ ਸੀ, ਕਿਉਂਕਿ ਉਹਦੇ ਆਖੇ ਨਹੀਂ ਸੀ ਲੱਗਿਆ, ਉਹਨੇ ਸਾਗ ਸੂਗ ਵਿੱਚ ਹੀ ਛੱਡਿਆ, ਡੰਡੀ ਡੰਡੀ ਹੋ ਲਈ, ਉਹਦੇ ਆਉਣ ਤੋਂ ਪਹਿਲਾਂ ਘਰ ਜਾ ਪਹੁੰਚੀ, ਹੁਣ ਜਦੋਂ ਗੱਭਰੂ ਆਇਆ
ना उन्हें भक्षण देता, ना पानी दाने पीने देता, बुढ़का तक नहीं पूजन देता, वो तो हिसाब किताब मंगन लगी। कहते तू 100 रुपया लेके गया सी, कड़ी चीज कितों किन्ने दी आई है, ना तो चीज दे दे, ना तो बकाया दे दे, मैं तेरे भाई जी नू हिसाब देना। दोस्तों भरजाई सैनी है, चलाक है, चुस्त है, पढ़ी लिखी है, वह 100 रुपये का हिसाब मंगती है। ओ बेचारा मेरे वर्गा लल्लू प्रसाद पहली बारी शहर गया सी, वह खिच तू के हिसाब पूरा कर दे, जरा गौर नाल सुनना है। ਦਸਾਂ ਹੱਡ ਬੀਤੀ ਕੀ ਦਸਾਂ ਹੱਡ ਬੀਤੀ ਉਲਟਾ ਕਰੀਆ ਬਹਿ ਗਿਆ ਨੀ ਕੀ ਦਸਾਂ ਹੱਡ ਬੀਤੀ ਉਲਟਾ ਕਰੀਆ ਬਹਿ ਗਿਆ ਨੀ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ ਇੱਕ ਕੁੜੀ ਨਹੀਂ ਹਾਂ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਨਹੀਂ ਭਲੇ ਕੇ ਭਾਬੀ ਫੁੱਟ ਨਰਮੇ ਦੇਖਾ ਬੈਠਾ ਨਹੀਂ ਭਲੇ ਕੇ ਭਾਬੀ ਫੁੱਟ ਨਰਮੇ ਦੇਖਾ ਬੈਠਾ ਕਿਵੇਂ ਉਹ ਮੋਮੋ ਠਗਣੀ ਤੇਰੇ ਪਿੱਛੇ ਪੈ ਗਈ ਵੇ ਕਿਵੇਂ ਉਹ ਮੋਮੋ ਠਗਣੀ ਤੇਰੇ ਪਿੱਛੇ ਪੈ ਗਈ ਕਿਹੜੇ ਜਾਦੂ ਨਾਲ ਤੈਨੂੰ ਕੀਲ ਕੇ ਬਹਿ ਗਈ ਵੇ ਕਿਹੜੇ ਜਾਦੂ ਨਾਲ ਤੈਨੂੰ ਕੀਲ ਕੇ ਬਹਿ ਗਈ ਵੇ ਸਾਰੀ ਗੱਲ ਤਾਂ ਮੈਨੂੰ ਤੂੰ ਕਰਵਾ ਦੇ ਜਾਣੂ ਵੇ ਸਾਰੀ ਗੱਲ ਤਾਂ ਮੈਨੂੰ ਤੂੰ ਕਰਵਾ ਦੇ ਜਾਣੂ ਵੇ ਕਿਵੇਂ ਵਾਕਫੀ ਕੱਢ ਕੇ ਤੇਰੀ ਹੋ ਗਈ ਜਾਣੂ ਵੇ ਕਿਵੇਂ ਵਾਕਫੀ ਕੱਢ ਕੇ ਤੇਰੀ ਹੋ ਗਈ ਜਾਣੂ ਵੇ ਇੱਕੋ ਸੀਟ ਤੇ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਹੋਰ ਪਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਮੈਂ ਆ ਕੀ ਹਿੱਲੀ ਜਾਂਦਾ ਮੈਂ ਘੋਲੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਭਾਬੀ ਮੈਂ ਘੋਲੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ ਫਿਰ ਇੰਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕਟ ਕਟਾ ਦਿੱਤਾ ਪੂਰੇ ਬਚਦੇ 90 ਵੇ
ओनु कै बैठा की क्या बैठा कै बैठा की कै बैठा ओ की मैं ओनु कै बैठा आप इनसे सेवा करिए नहीं सेवा ना सेवा बासरी च करनी सी और किथे जांदा फिर मैं ओनु कै बैठा आप इनसे सेवा करिए नहीं बसों थले उतर आई ओ मेरे जरिए नहीं बसों थले उतर आई ओ मेरे जरिए नहीं अख बचा के होटल विच अख बचा के होटल विच बैठे ओले सी अख बचा के होटल विच जा बैठे ओले सी तभी बीहां दा बिल आ गया पीते कंते कोले सी बीहां दा बिल आ गया पीते कंते कोले सी चुपकास तो हो गया डब्बी चल कहानी तू चुपकास तो हो गया डब्बी चल कहानी तू मैनू देवरा एवें ना अनपढ़ जी जानी तू मैनू देवरा एवें ना अनपढ़ जी जानी तू मैं ताही खेल छड़ना जेका सही गिनावेगा ताही खेल छड़ना जेका सही गिनावेगा बाकी बचदे सत्तर केड़े खाते पावेगा बाकी बचदे ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਉਹਨੇ ਕੀਤਾ ਜੋਗ ਚ ਕੀਤਾ ਉਹਨੇ ਕੀਤਾ ਤਾਂ ਰੱਬ ਦੀ ਮੈਂ ਤਾਂ ਕੁਛ ਵੀ ਨਹੀਂ ਕੀਤਾ ਹੈਗਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਕੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਖੀ ਪਾਊਡਰ ਨਹੀਂ ਕੀਤੇ ਪੰਜਾਂ ਦਾ ਲੈ ਲਿਆ ਉਹਨੇ ਸੁਰਖੀ ਪਾਊਡਰ ਨਹੀਂ ਬਾਕੀ ਕੱਲ ਗਣਾ ਦੂ ਐਵੇਂ ਕਿਉਂ ਖਬਰ ਆਉਣੀ ਬਾਕੀ ਕੱਲ ਗਣਾ ਦੂ ਐਵੇਂ ਕਿਉਂ ਖਬਰ ਆਉਣੀ ਜਾਣ ਵੀ ਦੇ ਹੁਣ ਭਾਬੀ ਤਾਂ ਤੋ ਰੌਲਾ ਪਾਉਣੀ ਜਾਣ ਵੀ ਦੇ ਹੁਣ ਭਾਬੀ ਤਾਂ ਤੋ ਰੌਲਾ ਪਾਉਣੀ ਅੱਜ ਵਾਲਾ ਕੰਮ ਕਰਦੇ ਨਹੀਂ ਉਹ ਛੱਡਣਾ ਚਾਹੀਦਾ ਅੱਜ ਵਾਲਾ ਕੰਮ ਕਰਦੇ ਨਹੀਂ ਉਹ ਛੱਡਣਾ ਚਾਹੀਦਾ ਫਿਰ ਤੋਂ ਫੁੱਟੀ ਅੜਿਆ ਗੱਡਾ ਕੱਢਣਾ ਚਾਹੀਦਾ ਸਿਨਮੇ ਜਾਣਾ ਹਾਂ ਕਹਿੰਦੀ ਸਿਨਮੇ ਜਾਣਾ ਨਾ ਉਹ ਮੰਨੀ ਟਾਲਿਆਂ ਨੀ ਪੱਚੀ ਲੈ ਲੈ ਵਿੱਚ ਬੁਲਾਏ ਕਦੇ ਟਿਕਟਾਂ ਵਾਲਿਆਂ ਨੀ ਪੂਰੇ ਪੱਚੀ ਲੈ ਲੈ ਵਿੱਚ ਬੁਲਾਏ ਕਦੇ ਟਿਕਟਾਂ ਵਾਲਿਆਂ ਨੀ ਖਤਮ ਹੋਈ ਗੱਲ ਖਤਮ ਹੋਈ ਗੱਲ ਉਹ ਖਤਮ ਹੋਈ ਓਹੋ ਕੀ ਖਤਮ ਹੋਈ ਉਹ ਜਿਹੜੀ ਦੇਖਣ ਗਏ ਸੀਗੇ ਕੀ ਦੇਖਣ ਗਏ ਸੀ ਮੈਨੂੰ ਕਹਿੰਦੀ ਨਾ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਪਤਾ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਉਹ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਮੈਨੂੰ ਕਹਿੰਦੀ ਮੇਰੇ ਨੇੜੇ ਬੈਠ ਕੇ ਨਾ ਹੌਲੀ ਦੇਖ ਕੇ ਪਹਿਲਾਂ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਪਹਿਲਾਂ ਪਤਾ ਭਾਬੀ ਪਹਿਲਾਂ ਮੈਨੂੰ ਉਹ ਕੀ ਕਹਿੰਦੀ ਸੀ ਹਾਂ ਦੱਸ ਕੀ ਕਹਿੰਦੀ ਸੀ ਪਹਿਲਾਂ ਕਹਿੰਦੀ ਪਹਿਲਾਂ ਮੈਨੂੰ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਹੌਲੀ ਦੇਖ ਕੇ ਮੈਨੂੰ ਕਹਿੰਦੀ ਆਹ ਤੈਨੂੰ ਜਿਉਣੇ ਮਾੜ ਵਾਲਾ ਚਤਰਾ ਦਿਖਾ ਕੇ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਖਤਮ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਦਸਾਂ ਰੁਪਈਆਂ ਦੀ ਬਿਲ ਚਾਲਾ ਭਰਦੀ ਹਾਂ ਖਤਮ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਭਾਬੀ ਖਤਮ ਹੋਈ ਜਦ ਪਿਛਕਰ ਦੋਵੇਂ ਬਾਹਰ ਆ ਗਏ ਸੀ ਸਾਰ ਰੁਪਈਆਂ ਦੀ ਫਿਰ ਚਾਲਾ ਪਰ ਵੀ ਖਾ ਗਏ ਸੀ ਸੋਚਿਆ ਹੋਣਾ ਦਿਉਰਾ ਤੂੰ ਅੱਜ ਮੁਰਕੀ ਲੱਭੀ ਵੇ ਸੋਚਿਆ ਹੋਣਾ ਸੋਚਿਆ ਹੋਣਾ ਦਿਉਰਾ ਤੂੰ ਅੱਜ ਮੁਰਕੀ ਲੱਭੀ ਵੇ ਤੇਰੇ ਵਰਗੇ ਉਹਨਾਂ ਨੂੰ ਨਿੱਤ ਮਿਲਦੇ ਛੱਬੀ ਵੇ ਕੀ ਪਾਉਣਾ ਸੀ ਮਗਰੋਂ ਭੁੱਲਿਆ ਛੋੜ ਗਈ ਭਰੀ ਭੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਤੋੜ ਗਈ
परी पेड़ विच पता नहीं किसे पत्ती कोड गई ओ खाकी नग बना गई ना गुजरिया बकाया नहीं खाकी नग बना गई ना गुजरिया बकाया नहीं ਧਰਤੀ ਕਰ ਤੇਰਾ ਜੋਰ ਪਾਪੀ ਪੈਦਲ ਆਇਆ ਨੀ ਤਰ ਬਿਕਰ ਮਹਾਰਾਜ ਵਾਲੀਆ ਪੈਦਲ ਆਇਆ ਨੀ ਤੇਰੇ ਨਾਲ ਪਿਆਰ ਕਰਨੇ ਮਾਨਵੇ ਅਸੀਂ ਰੱਖੀ ਹੋਈ ਇਹ ਤਲੀ ਦੀ
ஆசகாமி தட்டடிந்து தொழுகையிலே மேல மித்தர் தசதார் ஹர்விந்தர் சிங் ஜி போதனா உணவலும் سو روپیہ آیا مان کر دے بھائی گرو جی مان جی وعدہ کرے بڑی مہربانی بہت بہت شکریہ بہت بہت دھنیواد سیکرٹری صاحب تہاڈی واری ہے سردار گرمیل سنگھ جی سینا سردار نشتر سنگھ جی سینا سردار بھولا سنگھ جی سینا سردار بوٹا سنگھ جی برج سردار نرمل سنگھ جی سیکرٹری صاحب انہاں والوں 500 روپے انعام جگموہن سنگھ جی انعام بھیجا اگو تو کاکا جی دے نانا جی اگو تو کاکا جی دے نانا جی انہوں والوں 100 روپیہ آیا جگتار سنگھ سرپنچ صاحب 100 روپیہ انہوں والوں سردار گرمیل سنگھ جی 100 روپیہ انہوں والوں 100 روپیہ سردار رنجیت سنگھ جی 100 روپیہ سردار بوٹا سنگھ جی دیپ گڑھ اچھا جی ٹھیک ہے جی فرمائش بھی کی انہوں نے کوشش جاری ہے کہ فرمائشاں پوریا کی جا سکن تھینک یو جی لو ہاں دکانے لے کے پھر حاضر نے تہاڈی سیوا تہاڈے چہتے گائک جناب محمد صدیق جی بی بی سخجیت کور سردار بہادر سردار جاگر سنگھ جی چلو صاحب انہوں والوں 100 روپیہ انعام دیتا گیا بڑی مہربانی بہت بہت شکریہ شکین منڈا پک چٹیا تیرا ونجڑی وارگا سول کڑے شکین منڈا پک چٹیا تیرا ونجڑی وارگا سول کڑے شکی منڈا پٹ چٹیا تیرا ونجڑی وارگا کول کڑے آدھا شکی منڈا پٹ چٹیا تیرا ونجڑی وارگا کول کڑے چڑھ گئی جوانی ساری اکھ چڑھ گئی تیری چڑھ گئی جوانی
ਤੇਰੀ ਕੜਗੀ ਜਵਾਨੀ ਸੱਡੀ ਅੱਖ ਚੜ ਗਈ ਜਿਹੋ ਦਿਲ ਉੱਤੇ ਬਣ ਕੇ ਪਰਿੰਦ ਲੜੀ ਜਿਹੋ ਦਿਲ ਉੱਤੇ ਬਣ ਕੇ ਪਰਿੰਦ ਲੜੀ ਗਈ ਦੂਰ ਦੂਰ ਕਾਦੋ ਰਹੇ ਕਰ ਦੀ ਕਲੋਲਾ ਦੂਰ ਦੂਰ ਕਾਦੋ ਰਹੇ ਦੂਰ ਦੂਰ ਕਾਦੋ ਰਹੇ ਕਰ ਦੀ ਕਲੋਲਾ ਨੇੜੇ ਬੈਠ ਗਏ ਨੇੜੇ ਬੈਠ ਕੇ ਦਿਨਾਂ ਦੇ ਕੋਲ ਕੋਲ ਕੋਲੇ ਆਹ ਲਜਦੀ ਮੁੰਡਾ ਪੱਟ ਸੁੱਟਿਆ ਤੇਰਾ ਵੰਜਣੀ ਮਾਰਗਾ ਕੋਲ ਕੋਲੇ ਹਾਂ ਲਸ਼ਦੀ ਮੁੰਡਾ ਪੱਟ ਸੁੱਟਿਆ ਤੇਰਾ ਵੰਜਣੀ ਮਾਰਗਾ ਬੋਲ ਕੋਲੇ ਮੁੰਡੇ ਪਿੰਡ ਦੇ ਹੱਥਾਂ ਚ ਸਾਰੇ ਆਏ ਫਿਰਦੇ ਜਦੋਂ ਹੱਸਦੀ ਰਟਾਂਗੇ ਜਾਣੇ ਫੁੱਲ ਕਿਰਦੇ ਜਦੋਂ ਹੱਸਦੀ ਰਟਾਂਗੇ ਜਦੋਂ ਹੱਸਦੀ ਰਟਾਂਗੇ ਜਾਣੇ ਫੁੱਲ ਕਿਰਦੇ ਮੁੰਡੇ ਪਿੰਡ ਦੇ ਹੱਥਾਂ ਚ ਸਾਰੇ ਆਏ ਫਿਰਦੇ ਮੁੰਡੇ ਪਿੰਡ ਦੇ ਹੱਥਾਂ ਚ ਸਾਰੇ ਆਏ ਫਿਰਦੇ ਨਿੱਤ ਮੇਰੀ ਪੂਰੀ ਅੱਗ ਦਾ ਹਥਿਆਰ ਬਣੀਏ ਮੇਰੀ ਪੂਰੀ ਅੱਗ ਦਾ ਪੂਰੀ ਅੱਗ ਦਾ ਹਥਿਆਰ ਬਣੀਏ ਦੇਖ ਲੈਣ ਵੀ ਦੇ ਦੇਖ ਲੈਣ ਵੀ ਦੇ ਸਾਨੂੰ ਬੈ ਕੇ ਕੋਲ ਕੋਲੇ ਆਣ ਦਾ ਸ਼ਦੀਰ ਮੁੰਡਾ ਪੱਟ ਸੁੱਟਿਆ ਤੇਰਾ ਵੰਜਣੀ ਮਾਰਗਾ ਬੋਲ ਕੋਲੇ ਆਣ ਦਾ ਸ਼ਦੀਰ ਮੁੰਡਾ ਪੱਟ ਸੁੱਟਿਆ ਤੇਰਾ ਵੰਜਣੀ ਮਾਰਗਾ ਬੋਲ ਕੋਲੇ ਸੁੱਟਿਆ ਤੇਰਾ ਵੰਜਣੀ ਮਾਰਗਾ ਬੋਲ ਕੁੜੀ ਤੇਰਾ ਵੰਜਣੀ ਮਾਰਗਾ ਬੋਲ ਕੁੜੀ ਤੇਰਾ ਵੰਜਣੀ ਮਾਰਗਾ ਬੋਲ ਕੁੜੀ ਓ ਕਸਮ ਜੀ ਨਾ ਸਲਕਾਰਾ ਓ ਕਸਮ ਜੀ ਨਾ ਲਲਕਾਰਾ ਅੱਜ ਕੋਈ ਕਰਕੇ ਹਟਣਾ ਤਾਰਾ ਹੋ ਕਸਮ ਜੀ ਨਾ ਲਲਕਾਰਾ ਅੱਜ ਕੋਈ ਕਰਕੇ ਹਟਣਾ ਤਾਰਾ ਮੈਂ ਚੱਕ ਦੂ ਕੁੜਮ ਕਬੀਲਾ ਮੈਂ ਚੱਕ ਦੂ ਕੁੜਮ ਕਬੀਲਾ ਤਾਰਾ ਹੋਣੀ ਕਰਨੀ ਤੇਰੀ ਉਹ ਲੜਕਦੇ ਤੇਰੇ ਹੁਣ ਤੱਕ ਦੀਨ ਮੇਰੇ ਤੇ ਸਾਥ ਕਰਾਉਂਦੀ ਭਾਬੀ ਹੁਣ ਕਿਉਂ ਬੇਤਨ ਕਰਾਉਂਦੀ ਜਾਂ ਤਾਂ ਪਹਿਲਾਂ ਨਾ ਸਾਥ ਕਰਾਉਂਦੀ ਹੁਣ ਕਿਉਂ ਫਿਰੇ ਰੂਪੀਆਂ ਹੁਣ ਕਿਉਂ ਫਿਰੇ ਰੂਪੀਆਂ ਲਾਉਂਦੀ ਬਾਰਾਂ ਤਾਲੀ ਬਣਦੀ ਏ ਆ ਮਰਨਾ ਏ ਜਾਂ ਦੱਸ ਭਾਬੀ ਤੋਂ ਸਾਲੀ ਬਣਦੀ ਏ ਮੈਂ ਡੰਗ ਨਾਲ ਸਾਰਾ ਕਰਨਾ ਡੰਗ ਨਾਲ ਸਾਰਾ ਕਰਨਾ ਡੰਗ ਨੇ ਰੋਜ਼ ਰੋਜ਼ ਨਹੀਂ ਮਰਨਾ ਡੰਗ ਨਾਲ ਸਾਰਾ ਕਰਨਾ ਜੱਟ
रोज रोज नहीं मरना पापिये सतानी पापिये सतानी मरना जोर भी आना पैना रे आखर आने वाली था ते आना पैना रे जादू करे साथ दिया कल्ला ਨਾਮ ਆਏ ਨੇ ਜਿਨ੍ਹਾਂ ਵਿੱਚੋਂ ਮੈਂ ਪਹਿਲਾਂ ਦੱਸਿਆ ਜਿਸਦਾਰ ਹਰਵਿੰਦਰ ਸਿੰਘ ਪੋਸਨਾ ਪਹਿਲਾਂ ਵੀ ਦੇ ਗਏ ਸੀ ਹੁਣ ਫਿਰ ਇੱਕ ਫਰਮਾਇਸ਼ ਉਹਨਾਂ ਦੀ ਪੰਜਾਬ ਦੀ ਮਸ਼ਹੂਰ ਲੋਕ ਕਥਾ ਮਲਕੀ ਕੀਮਾ ਉਹ ਹੁਣੇ ਪੇਸ਼ ਕਰਦੇ ਹਾਂ ਪਹਿਲਾਂ ਨਾਮ ਜਾਗਰ ਸਿੰਘ ਜੀ ਢਿੱਲੋਂ ਸਾਹਿਬ ਇਨਾਮ ਦੇ ਗਏ ਸੀ ਜਗਰ ਜੀ ਇੱਕ ਮਿੰਟ ਆਇਓ ਅਜੈਬ ਸਿੰਘ ਢਿੱਲੋਂ ਟਰਾਂਸਪੋਰਟ ਉਹਨਾਂ ਵੱਲੋਂ ਕਾਫੀ ਸਾਰਾ ਇਨਾਮ जसवंत सिंह जी लाड़े दे चाचा जी वालों बहुत सारा नाम भजन सिंह जी बीजू साहब पोतना उन्होंने वालों वीरा खान सकत्तर दीपगढ़ उन्होंने वालों काफ़ी सारा नाम सरदार भोला सिंह जी विरक साहब उन्होंने वालों 500 रुपये नाम पहला आया तो हम 100 रुपये फिर दे के गए हैं हरपाल सिंह जी विरक साहब एम डी बरनाला गुड्स कैरियर एम डी ने उन्होंने वालों 100 रुपया आया नछत्र सिंह ढिल्लों साहब 100 रुपया गुरदीप सिंह जी ढिल्लों साहब 100 रुपया जगमोहन सिंह जी ढिल्लों साहब बूटा सिंह चुग साहब उन्होंने वालों 100 रुपया ट्रक यूनियन पदौड़ काका अमरीक सिंह ढिल्लों विआह वाला काका उन्होंने वालों 500 रुपया नाम साड़ी पार्टी इनाम हाँ गुरदीप सिंह जी पंच साहब जो कि सरपंच साहब के बड़े खास दोस्त ने गुरदीप सिंह जी दीपगढ़ 50 रुपये उन्होंने वालों बलदेव सिंह जी पी आर टी सी ड्राइवर ने बठिंडा 100 रुपया उन्होंने वालों सुरजीत सिंह जी हैड कैशियर बिजली बोर्ड पदौड़ सुरजीत सिंह जी हैड कैशियर साहब बिजली बोर्ड पदौड़ हाँ जी सरदार मैंबर पंचायत वेज सिंह जी दीपगढ़ तो बस ढिल्लों के ड्राइवर धर्म सिंह दीपगढ़ तो 100 रुपया उन्होंने वालों सौदागर सिंह जी गौसल साहब जो कि काका जी के मामा जी है तो बाघा सिंह जी पी आर टी सी कंडक्टर बरनाला उन्होंने वालों 50 रुपये तो गुरु नानक फौजी पाइप बैंड रामू वाला इन्होंने वालों भी इनाम आया धन्यवाद हाँ जी हाँ दसो जी 500 रुपया हाँ दसो जी रमनीत सिंह चीमा साहब गुरप्रीत सिंह का भतीजा उन्होंने वालों 500 रुपया रमनीत सिंह जी चीमा साहब गुरप्रीत का भतीजा उन्होंने वालों 500 रुपये नाम धन्यवाद संत बलवीर सिंह जी कुंस MLA साहब हलका पदौड़ तो 500 रुपये नाम धन्यवाद आप तो सवेरे आके हाजिर होके चले गए संत बलबीर सिंह जी कुंस हलका पदौड़ के MLA ने और तीजी बारी लोगों ने उन्होंने प्यार बख्शा लाओ ताड़ी सेवा दे विच कुंस साहब ने हुक्म किया ना पोतरा साहब ने कहा भाई मलकी कीमत सुना दो लाओ मलकी कीमा पेश करने लगे
ਇੱਥੇ ਕਿ ਨਿੱਕੀ ਜੀ ਗੱਲ ਚੇਤੇ ਆ ਗਈ ਉਹਦਾ ਸਾਹਿਬ ਕੋਈ ਬਜ਼ੁਰਗ ਲੇਡੀ ਆਪਣੀ ਮੁਟਿਆਰ ਜਵਾਨ ਕੁੜੀ ਦੇ ਨਾਲ ਬਾਜ਼ਾਰ 'ਚ ਤੁਰੀ ਜਾਂਦੀ ਸੀ ਅਤੇ ਇੱਕ ਅਧੇੜ ਜੀ ਉਮਰ ਦਾ ਬੰਦਾ ਉਹ ਕਦੇ ਉਹਨਾਂ ਦੇ ਅੱਗੇ ਕਦੇ ਪਿੱਛੇ ਕਦੇ ਪਿੱਛੇ ਕਦੇ ਅੱਗੇ ਕਦੇ ਅੱਗੇ ਕਦੇ ਪਿੱਛੇ ਉਹ ਵਿਚਾਰੀ ਬਜ਼ੁਰਗ ਸੀ ਜਿਹੜੀ ਉਹ ਤਾਂ ਆਰਾਮ ਨਾਲ ਤੁਰੀ ਜਾਵੇ ਪਰ ਜਿਹੜੀ ਮੁਟਿਆਰ ਸੀ ਕੁੜੀ ਉਹ ਘਬਰਾ ਗਈ ਵੀ ਸ਼ਹਿਰ 'ਚ ਆਏ ਹੋਏ ਹੈ ਇਹ ਬੰਦਾ ਕਦੇ ਅੱਗੇ ਰਹਿੰਦਾ ਕਦੇ ਪਿੱਛੇ ਜਾਂਦਾ ਪਤਾ ਨਹੀਂ ਕਿਹੋ ਜਿਹਾ ਹੈ ਖਰਾਬ ਹੈ ਬੰਦਾ ਉਹਨੇ ਆਪਣੀ ਮਾਂ ਨੂੰ ਕੂਣੀ ਮਾਰ ਕੇ ਕਿਹਾ ਜੇ ਬੰਦੇ ਤੋਂ ਬੱਚੀ ਮਾਂ ਇਹ ਬਹੁਤ ਖਰਾਬ ਹੈ ਅਤੇ ਅੱਖਾਂ ਪੜ ਪੜ ਕੇ ਦੇਖੀ ਜਾਂਦਾ ਕਦੇ ਅੱਗੇ ਰਹਿੰਦਾ ਕਦੇ ਪਿੱਛੇ ਜਾਂਦਾ ਖਾ ਉਹ ਖੈਰ ਬਜ਼ੁਰਗ ਔਰਤ ਉਹ ਕੋਈ ਨਾ ਕਹਿੰਦੇ ਕੋਈ ਕਹਿੰਦੇ ਜੇ ਤੂੰ ਚੱਲ ਤਾਂ ਤੁਰੀ ਚੱਲ ਤੁਰੀ ਚੱਲ ਤੁਰੀ ਚੱਲ ਉਹ 5 ਮਿੰਟ ਬਾਅਦ ਫਿਰ ਕਹੇ ਵੀ ਬੇਬੇ ਇਹ ਪਹਿਲਾਂ ਅੱਗੇ ਸੀਗਾ ਹੁਣ ਫਿਰ ਪਿੱਛੇ ਹੋ ਗਿਆ ਹੈ ਇਹ ਤੋਂ ਬਚੋ ਖੈਰ ਉਹ ਕਹਿੰਦੀ ਬੇਟੀ ਤੂੰ ਘਬਰਾ ਲਾ ਤੂੰ ਚੱਲ 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 ਫਿਰ ਤੁਰੀ ਗਏ ਉਹ ਫਿਰ 5 ਮਿੰਟ ਬਾਅਦ ਫਿਰ ਉਹਨੇ ਆਪਣੀ ਮਾਂ ਨੂੰ ਕਿਹਾ ਕਹਿੰਦੀ ਬੇਬੇ ਹੁਣ ਇਹ ਪਿੱਛੇ ਸੀ ਹੁਣ ਅੱਗੇ ਹੋ ਗਿਆ ਤੂੰ ਮੈਨੂੰ ਤਾਂ ਡਰ ਲੱਗ ਜਾਣਾ ਤੂੰ ਕਹਿੰਦੀ ਬੇਟੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਇੱਕ ਬਾੜੀ ਜਾ ਹੈ ਇਹ ਪੁਰਾਣੇ ਮਾਲ ਨੂੰ ਤੈਨੂੰ ਕੁਛ ਨਹੀਂ ਕਹਿੰਦਾ ਪੁਰਾਣੇ ਮਾਲ ਦੀ ਸ਼ਨਾਖਤ ਕਰਦਾ ਰਹਿੰਦਾ ਕਹਿੰਦੀ ਉਹਦਾ ਮਤਲਬ ਸੀ ਮੇਰੇ ਬੰਦੇ ਉਹ ਗੱਲ ਇਹ ਹੈ ਸਾਡੇ ਭੋਦੜਾ ਸਾਹਿਬ ਨੂੰ ਵੀ ਪੁਰਾਣਾ ਮਾਲ ਬੜਾ ਪਸੰਦ ਹੈ ਮੇਰਾ ਯਾਰ ਮੇਰਾ ਰੱਬ ਹੋਰ ਝੂਠ ਗੱਲਾਂ ਸਾਬ ਮੇਰਾ ਯਾਰ ਮੇਰਾ ਰੱਬ ਹੋਰ ਝੂਠ ਗੱਲਾਂ ਸਾਬ ਇਹ ਖੱਟਿਆ
ਕੱਟਿਆ ਜਹਾਨ ਵਿੱਚ ਪਿਆਰ ਕਰਕੇ ਜੋ ਕੱਟਿਆ ਜਹਾਨ ਵਿੱਚ ਪਿਆਰ ਕਰਕੇ ਆਲੇ ਕੱਟ ਲੈ ਅਲੇ ਕੜੀ ਦੇ ਵਿੱਚ ਰੁੱਖ ਪਾਰ ਕੇ ਆਲੇ ਕੱਟ ਲੈ ਬੈਣੀ ਅਲੇ ਕੜੀ ਦੇ ਵਿੱਚ ਰੁੱਖ ਪਾਰ ਕੇ ਆਲੇ ਕੱਟ ਲੈ ਬੈਣੀ ਮੁੱਕ ਗਈ ਭੀਮ ਡੱਬੀ ਚੋ ਯਾਰ ਹਾਂਜੀ ਪਾਲ ਵਿਰਕ ਜੀ ਪਾਲ ਵਿਰਕ ਜੀ 500 ਰੁਪਇਆ ਇਨਾਮ ਦੇ ਰਹੇ ਨੇ ਸਰਦਾਰ ਗੁਰਨੈਬ ਸਿੰਘ ਜੀ ਕੈਨੇਡਾ ਵਾਲੇ ਕਾਕਾ ਜੀ ਦੇ ਚਾਚਾ ਜੀ ਉਹਨਾਂ ਨੇ 1100 ਰੁਪਇਆ ਇਨਾਮ ਭੇਜਿਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਪਾਲ ਵਿਰਕ ਜੀ 500 ਰੁਪਇਆ ਇਨਾਮ ਭੇਜ ਰਹੇ ਨੇ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮੁੱਕ ਗਈ ਭੀਮ ਡੱਬੀ ਜੋ ਯਾਰ ਅੱਜ ਕੋਈ ਕੰਮ ਹਰਵਿੰਦਰ ਭੋਟਲਾ ਜੀ ਆ ਰਹੇ ਨੇ ਕੋਈ ਚੰਦ ਚਾਰ ਹੋ ਗਏ ਨਹੀਂ ਆਪ ਖਾ ਜਾਵੇ ਤੈਨੂੰ ਆਦਤ ਚੀਤੀ ਏ
ਬਖਸ਼ੇ ਨੇ ਨਿਆਣੇ ਆਪੇ ਦੇ ਖਾਣ ਨੂੰ ਦਾਣੇ ਪ੍ਰਭ ਦੇ ਬਖਸ਼ੇ ਨੇ ਨਿਆਣੇ ਆਪੇ ਦੇ ਖਾਣ ਨੂੰ ਦਾਣੇ ਰੱਬ ਨੇ ਜੇ ਬਖਸ਼ੇ ਨੇ ਦਾਣੇ ਆਪੇ ਦੇ ਖਾਣ ਨੂੰ ਨਿਆਣੇ ਉਹਦੀਆਂ ਗੱਲਾਂ ਹੋਈਓ ਜਾਣੇ ਉਹਦੀਆਂ ਗੱਲਾਂ ਹੋਈਓ ਜਾਣੇ ਤੈਨੂੰ ਫਿਕਰ ਨਾ ਤੋਰਾ ਨੀ ਮੇਰੇ ਜੋੜੇ ਦੀ ਤੈਨੂੰ ਕਿਸ ਗੱਲ ਦਾ ਜੋੜਾ ਸੰਤੀਏ ਮੇਰੇ ਜੋੜੇ ਦੀ ਤੈਨੂੰ ਕਿਸ ਗੱਲ ਦਾ ਜੋੜਾ ਨੀ ਮੇਰੇ ਘਰਵਾਲੀ ਨੇ ਮੇਰੇ ਵਾਸਤੇ ਡੱਕਾ ਦੂਰਾ ਨਹੀਂ ਕਰਨਾ ਉਹ ਹੱਥ ਪੱਲਾ ਮਾਰ ਕੇ ਫਿਰ ਡੱਬੀ ਕੱਢ ਲੈਂਦਾ ਉਹਦੇ ਭਾਗਾਂ ਦੀ ਕਿਸੇ ਖੂੰਜੇ 'ਚ ਭੋਰਾ ਲੱਗੀ ਹੋਈ ਡੱਬ ਕੀ ਕੱਢ ਕੇ ਖਾ ਗਿਆ ਅਤੇ ਡੱਬੀ 'ਚ ਪਾਣੀ ਫੇਰ ਕੇ ਪੀ ਗਿਆ ਹੁਣ ਉੱਠ ਕੇ ਬੈਠਣ ਜੋਗਾ ਹੋ ਗਿਆ ਕੀ ਕਿਹੜੀਆਂ ਗੱਲਾਂ ਨੂੰ ਝੁਰਦੀ ਹੁਣ ਮੈਨੂੰ ਲੋੜ ਦੀ ਗੱਲ ਖੁਰਦੀ ਉਹ ਦੱਸ ਤੂੰ ਕਿਹੜੀਆਂ ਗੱਲਾਂ ਨੂੰ ਝੁਰਦੀ ਹੁਣ ਮੈਨੂੰ ਲੋੜ ਦੀ ਢਿੱਡ ਵਿੱਚ ਜਾਏ ਨਾਗਣੀ ਖੁਰਦੀ ਢਿੱਡ ਵਿੱਚ ਜਾਏ ਨਾਗਣੀ ਖੁਰਦੀ ਖੁਸ਼ੀ ਲਈ ਤੜਦੀ ਜਾਂਦੀ ਮਾਨ ਮਰਾੜਾ ਵਾਲੇ ਦੀ ਅੜਦੀ ਜਾਂਦੀ ਮਾਨ ਮਰਾੜਾ ਵਾਲੇ ਦੀ ਅੜਦੀ ਜਾਂਦੀ ਫੁੱਲ ਵਾਂਗੂ ਤਰ ਜਾਏਗੀ ਨੀ ਅੜੀਏ ਰਾਮ ਮਿੱਤਰਾਂ ਨਾਲ ਯਾਰੀ
ਰਸਾਲ ਦੀ ਸਾਰੀ ਉਹ ਲੱਕ ਪਤਲਾ ਬਦਨ ਦੀ ਪਾਰੀ ਫੁੱਲ ਵਾਂਗੂ ਤਰ ਜਾਏਗੀ ਨੀ ਅੜੀਏ ਰਾਮ ਕਿਨਾ ਨਾਲ ਯਾਰੀ ਸੁਪਨੇ ਦੇ ਵਿੱਚ ਰਹੀ ਜੇ ਦੀ ਕਰਕੇ ਹਾਰ ਸ਼ਿੰਗਾਰ ਕੰਨ ਵਿੱਚ ਕੰਨ ਹਾਰ ਕੰਨ ਵਿੱਚ ਕੰਨ ਕਰਦੇ ਬਦਲੀ ਨਾ ਲੰਦੇ ਹਾਰ ਕੰਨ ਵਿੱਚ ਕੰਨ ਕਰਦੇ ਸਰਦਾਰ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਜਿਹਨਾਂ ਦੇ ਬੱਚੇ ਦੇ ਵਿਆਹ ਦੀ ਖੁਸ਼ੀ ਚ ਰੌਣਕਾਂ ਲੱਗੀਆਂ ਹੋਈਆਂ ਨੇ ਮੇਰੇ ਮਿੱਤਰ ਨੇ ਉਹਨਾਂ ਵੱਲੋਂ 500 ਰੁਪਏ ਇਨਾਮ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਗਲਾ ਬੋਲੋ ਜਥੇਦਾਰ ਪੋਤਨਾ ਸਾਹਿਬ ਹਰਪਾਲ ਸਿੰਘ ਵਿਰਕ ਸਾਹਿਬ ਨਰਿੰਦਰ ਸਿੰਘ ਜੀ ਕੁਲਾਰ ਮਾਜਰਾ ਵਾਲੇ ਜਰਨੈਲ ਸਿੰਘ ਜੀ ਢਿੱਲੋਂ ਸਾਹਿਬ ਕਨੇਡਾ ਕਾਕੇ ਦੇ ਚਾਚਾ ਜੀ ਬਾਲਾ ਸਿੰਘ ਚਾਹੋਕੇ ਜਥੇਦਾਰ ਹਰਿੰਦਰ ਸਿੰਘ ਪੋਤਨਾ ਸਾਹਿਬ ਕਾਫੀ ਸਾਰਾ ਨਾਮ ਦਿੱਤਾ ਇਹਨਾਂ ਨੇ ਹਰਬੰਸ ਸਿੰਘ ਸਰਪੰਚ ਸਾਹਿਬ 500 ਰੁਪਏ ਉਹਨਾਂ ਵੱਲੋਂ ਬਿੱਕਰ ਸਿੰਘ ਦੀ ਫਰਵਾਹੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਬਰਨਾਲਾ ਸਰਕਲ ਪ੍ਰਧਾਨ ਜੀ ਬਿੱਕਰ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਇਨਾਮ ਦਿੱਤਾ ਗਿਆ ਬੜੀ ਮਿਹਰਬਾਨੀ ਮਕੈਨੀਕਲ ਇੰਜੀਨੀਅਰ ਨੇ ਜੀ ਸਾਡੇ ਢਿੱਲੋਂ ਸਾਹਿਬ ਦੇ ਦੋਸਤ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਆਏ ਨੇ ਬੜੀ ਦੂਰੋਂ ਆਏ ਨੇ ਦੋਸਤੀ ਹੈ ਸਮੁੰਦਰ ਪਾਰ ਕੀਤੇ ਜਾ ਸਕਦੇ ਨੇ ਦੋਸਤੀ ਦੋਸਤੀ ਪਿੱਛੇ ਤਾਂ ਆਪਣੇ ਤਾਂ ਬੱਸਾਂ ਚੱਲਦੀਆਂ ਨੇ ਕਾਰਾਂ ਚੱਲਦੀਆਂ ਨੇ ਸੜਕਾਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਹਾਂਜੀ ਸਾਹਮਣੇ ਖੜੇ ਨੇ ਬੂਟਾ ਸਿੰਘ ਜੀ ਹੌਲਦਾਰ ਸਾਹਿਬ ਹਾਂਜੀ ਦੇਖੋ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਜਾ ਕੇ ਸੁਣ ਲਿਆ ਦੇਣਾ ਪਹਿਲਾਂ ਤੁਸੀਂ ਇਹ ਲਿਖ ਕੇ ਗਏ ਹੋ ਹੁਣ ਪਤਾ ਨਹੀਂ ਕੀ ਕਰ ਰਹੇ ਹਾਂ ਦੀਪਗੜ੍ਹ ਤੋਂ ਸਾਹਮਣੇ ਖੜੇ ਨੇ ਹੌਲਦਾਰ ਸਾਹਿਬ ਨੇ ਪੁਲਿਸ ਮੁਲਾਜ਼ਮ ਨੇ ਇਹਨਾਂ ਵੱਲੋਂ ਇਨਾਮ ਆਇਆ ਧੰਨਵਾਦ ਜੀ ਮਲਕੀਤ ਸਿੰਘ ਦੀਪਗੜ੍ਹ ਤੋਂ ਗੁਰਜੰਟ ਸਿੰਘ ਢਿੱਲੋਂ ਸਾਹਿਬ 100 ਰੁਪਇਆ ਉਹਨਾਂ ਵੱਲੋਂ ਗੁਰਮੇਲ ਸਿੰਘ ਜੀ ਗੋਸਲ ਸਾਹਿਬ ਜੁਗਰਾਜ ਸਿੰਘ ਜੀ 8 ਰੁਪਇਆ ਵਧਾਦੇ ਤੋਂ 100 ਰੁਪਇਆ ਉਹਨਾਂ ਵੱਲੋਂ ਲਿਖਾ ਕੇ ਤਾਂ ਆਪ ਲੈ ਕੇ ਗਏ ਵਧਾਤਾ ਤੋਂ ਅਤੇ ਗੁਰਮੇਲ ਸਿੰਘ ਜੀ ਗੋਸਲ ਸਾਹਿਬ 100 ਰੁਪਇਆ ਉਹਨਾਂ ਵੱਲੋਂ ਜਰਨੈਲ ਸਿੰਘ ਜੀ ਚੁੱਗਾ 8 ਰੁਪਇਆ 100 ਰੁਪਇਆ ਅਮਰਜੀਤ ਸਿੰਘ ਜੀ ਸਹਿਬਾਜ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਰਾਏਕੋਟ 100 ਰੁਪਇਆ ਉਹਨਾਂ ਵੱਲੋਂ ਨੰਦ ਸਿੰਘ ਜੀ ਮੈਂਬਰ ਸਾਹਿਬ ਕਿੱਥੇ ਬੈਠੇ ਜੀ ਇੱਧਰ ਪਰਲੇ ਬਸ ਠੀਕ ਹੈ ਜੀ ਨੰਦ ਸਿੰਘ ਜੀ ਮੈਂਬਰ ਪੰਚਾਇਤ ਦੀਪਗੜ੍ਹ 100 ਰੁਪਇਆ ਉਹਨਾਂ ਵੱਲੋਂ ਬਾਘਾ ਸਿੰਘ ਜੀ ਪੀ ਆਰ ਟੀ ਸੀ ਕੰਡਕਟਰ ਬਰਨਾਲਾ ਉਹਨਾਂ ਵੱਲੋਂ 50 ਰੁਪਏ ਸੁਦਾਗਰ ਸਿੰਘ ਜੀ ਗੋਸਲ ਜੋ ਕਿ ਕਾਕਾ ਜੀ ਦੇ ਮਾਮਾ ਜੀ ਹੈ 100 ਰੁਪਇਆ ਉਹਨਾਂ ਵੱਲੋਂ ਆਇਆ ਹੈ ਧੰਨਵਾਦ ਦਲਜੀਤ ਗਾਰਡਨ ਪੈਲਸ ਪੱਖੋਕੇ ਉਹਨਾਂ ਵੱਲੋਂ 100 ਰੁਪਇਆ ਆਇਆ ਸਾਰੇ ਦੋਸਤਾਂ ਦਾ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਤੂੰ ਸਾਰੇ ਨੂੰ ਬਾਜੂ ਯਾ ਕਾਤਿਲ ਮਾਮਾ ਤੂੰ ਲੈ ਚੱਲ
ترجمة
ਬੇਰੀਆਂ ਦੀ ਲੰਗੀ ਕਿਤਰਾ ਮਿਲੰਦੀ ਬੇਰੀਆਂ ਦੀ ਲੰਗੀ ਬਸ ਲੰਗਣੋ ਰਹਿ ਗਏ ਢਿੰਡੀ ਲੰਗਣੋ ਰਹਿ ਗਏ ਢਿੰਡੀ ਨੇੜੇ ਆ ਗਿਆ ਹਾਂ ਜਣੇ ਆਓ ਮੇਰੇ ਸੌਰੇ ਦਾ ਢਿੰਡੀ ਗੁਰਜੰਟ ਸਿੰਘ ਜੀ ਢਿੱਲੋਂ ਸਾਹਿਬ ਢਿੱਲੋਂ ਟਰਾਂਸਪੋਰਟ ਜੋ ਕਿ ਮੰਤਰੀ ਸਾਹਿਬ ਨੇ ਸਾਡੇ ਸਤਿਕਾਰਯੋਗ ਉਹਨਾਂ ਦੇ ਰਿਸ਼ਤੇਦਾਰ ਬੈਠੇ ਹੈ ਨਾਂ ਦੱਸ ਕੇ ਗਏ ਹੈ ਨਾ ਮੁੰਡਾ ਭੁੱਲ ਗਿਆ ਕੋਈ ਗੱਲ ਨਹੀਂ ਅਤੇ ਦੁਬਾਰਾ ਦੱਸ ਦਿਓ ਮੈਂ ਅਨਾਊਂਸ ਕਰ ਦੂੰਗਾ ਕੋਈ ਗੱਲ ਨਹੀਂ ਮਾਮਾ ਜੀ ਕਿੱਥੋਂ ਸਹਿਣੇ ਤੋਂ ਬੜੀ ਵਾਹ ਜੀ ਵਾਹ ਸੁੱਤੀ ਪਈ ਦੇ ਸੁਣਾਣੀ ਦੀ ਰੁਮਾਲ ਧਰ ਗਿਆ ਹੈ ਜਾਗਦੇ ਨੂੰ ਦੇਖਿਆ ਸੀ ਲਓ ਸਾਡੀ ਸੇਵਾ ਦੇ ਵਿੱਚ ਇੱਕ ਗੀਤ ਹੋਰ ਬੜੀ ਫਰਮਾਇਸ਼ ਆਉਂਦੀ ਇੱਕ 60-70 ਸਾਲ ਦੇ ਬਜ਼ੁਰਗ ਦੇ ਘਰੇ ਕਾਕਾ ਪੈਦਾ ਹੋ ਗਿਆ ਇਹਦੇ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਜਲ ਥਲ ਵਿੱਚ ਕਰਦੇ ਨੇ ਲਾਵੇ ਰੱਬ ਸੁੱਕਿਆਂ ਰੁੱਖਾਂ ਨੂੰ ਮੇਵੇ ਉਹਦੇ ਘਰ ਕੀ ਘਾਟਾ ਵੀ ਕੜੀ ਵਿੱਚ ਮੁਸ਼ਕਿਲ ਹੱਲ ਕਰਦੇ ਨੇ ਪਰਮਾਤਮਾ ਅੱਗੇ ਕਿਸੇ ਚੀਜ਼ ਦਾ ਮਤਲਬ ਉਹਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਖੈਰ ਹੋਇਆ ਇਹ ਬਈ ਜਦੋਂ ਜਿਹੜੀ ਨੂੰਹ ਸੀ ਵੱਡੀ ਉਹਨੂੰ ਉਹ ਪੇਕੀ ਗਈ ਹੋਈ ਸੀ ਉਹਨੂੰ ਜਾ ਕੇ ਜਦੋਂ ਦੱਸਿਆ ਰਾਜੇ ਨੇ ਵੀ ਭਾਈ ਤੇਰੀ ਸੱਸ ਨੇ ਤੈਨੂੰ ਬੁਲਾਇਆ ਉਹਦੇ ਮੁੰਡਾ ਹੋਇਆ ਜਾ ਕੇ ਜਿਹੜੇ ਪਾ ਕਟਾ ਕੇ ਆ ਉਹ ਵਿਚਾਰੀ ਤਿਆਰੀ ਕਰਨ ਲੱਗੀ ਉਹਦੀਆਂ ਭਰਜਾਈਆਂ ਉਹਨੂੰ ਮਖੌਲ ਕਰਨ ਲੱਗੀਆਂ ਅੜੀਆਂ ਨਾਲ ਦੇ ਕੀ ਹੈ ਸੱਚੀ ਗੱਲ ਹੈ ਵੀ ਤੇਰੀ ਸੱਸ ਦੇ ਮੁੰਡਾ ਹੋਇਆ ਉਹ ਕਹਿੰਦੀ ਪਤਾ ਪੁਤਾ ਤਾਂ ਮੈਨੂੰ ਕੋਈ ਨਹੀਂ ਨਾ ਪਹਿਲਾਂ ਕੋਈ ਉਹ ਸੁੱਖ ਸੀ ਹਾਂ ਉੱਥੇ ਜਾ ਕੇ ਤੁਹਾਨੂੰ ਸੱਚੀ ਗੱਲ ਲਿਖ ਦੂੰਗੀ ਸ਼ਾਇਦ ਮੈਨੂੰ ਬੁਲਾਉਣ ਦੇ ਮਾਲਣ ਨੇ ਝੂਠ ਬੋਲ ਦਿੱਤਾ ਹੋਵੇ ਖੈਰ ਜੀ ਉਹ ਚਲੀ ਗਈ ਜਦੋਂ ਗਈ ਦਰਵਾਜ਼ੇ ਮੂਹਰੇ ਜਾ ਕੇ ਜਾਣੀ ਦਰਾਂ ਮੂਹਰੇ ਜਾ ਕੇ ਦੇਖਿਆ ਸਰੀਰ ਦੇ ਪੱਤੇ ਬੱਝੇ ਹੋਏ ਉਹ ਸਮਝ ਗਈ ਵੀ ਹਾਂ ਭਾਣਾ ਵਰਤਿਆ ਹੋਇਆ ਅੰਦਰ ਗਈ ਤਾਂ ਘਰਵਾਲਾ ਨਹੀਂ ਵੀ ਬਾਈ ਬੈਠਾ ਆਹਦੀ ਕੀ ਗੱਲ ਤੂੰ ਮਸੋਸਿਆ ਜਾ ਬੈਠਾ ਕਹਿੰਦਾ ਮੈਂ ਹੋਰ ਕੀ ਕਰਾਂ ਕਹਿੰਦੀ ਕਰਨਾ ਕੀ ਆ ਤੇਰੇ ਘਰ ਭਾਈ ਜੰਮੇ ਆ ਖੁਸ਼ੀ ਮਨਾ ਲੱਡੂ ਵੰਡ ਭੰਗੜੇ ਪਾ ਖੁਸਰੇ ਨਚਾ ਉਹ ਕਹਿੰਦਾ ਭਲੀਏ ਲੋਕੇ ਤਿੰਨ ਦਿਨ ਹੋਏ ਨੇ ਇਹਨੂੰ ਜੰਮੇ ਨੂੰ ਔਰ ਤਿੰਨ ਦਿਨ ਹੋ ਗਏ ਮੈਨੂੰ ਬਾਹਰ ਨਿਕਲੇ ਨੂੰ ਮੈਂ ਤਾਂ ਘਰੋਂ ਬਾਹਰ ਜਾਣ ਜੋਗਾ ਨਹੀਂ ਰਿਹਾ ਮੁੰਡਿਆਂ ਖੁੰਡਿਆਂ 'ਚ ਬੈਠਣ ਜੋਗਾ ਨਹੀਂ ਰਿਹਾ ਕਹਿੰਦੀ ਕਿਉਂ ਤੈਂ ਕੀ ਗੁਨਾਹ ਕਰ ਦਿੱਤਾ ਵੀ ਜੀ ਜਿਹੜਾ ਤੂੰ ਮੁੰਡਿਆਂ ਖੁੰਡਿਆਂ 'ਚ ਬੈਠ ਨਹੀਂ ਸਕਦਾ ਕਹਿੰਦਾ ਗੁਨਾਹ ਤਾਂ ਕੋਈ ਨਹੀਂ ਕੀਤਾ ਮੈਂ ਤਾਂ ਇਹ ਸੋਚੀ ਜਾਂਦਾ ਵੀ ਵਿਆਹ ਸਾਡਾ ਹੋਇਆ ਸੀ ਅਤੇ ਕਾਕਾ ਬਾਪੂ ਉਹਨਾਂ ਦੇ ਹੋ ਗਿਆ ਅਤੇ ਉਲਟੀ ਗੰਗਾ ਪੋਏ ਨੂੰ ਜਾ ਬੜੀ ਹੈ ਹੈਂ ਅਤੇ ਹੋ ਕੀ ਗਿਆ ਕਹਿੰਦੀ ਖੈਰ ਤੈਂ ਅਫਸੋਸ ਕਰਨਾ ਤਾਂ ਪਿਆ ਕਰੀ ਜਾ ਮੈਂ ਤਾਂ ਖੁਸ਼ੀ ਮਨਾਊਂਗੀ ਨੱਚੂੰਗੀ ਗਾਊਂਗੀ ਸੱਸ ਨੇ ਮੰਜੀ 'ਤੇ ਬੈਠੀ ਨੇ ਮੈਂ ਤਾਂ ਪੰਜੀਰੀ ਮੰਗਿਆ ਕਰਦੀ ਹਾਂ ਮੈਂ ਕਿਹਾ ਲੋੜੀ ਉਹਨੇ ਖੜਕਾ ਦੀ ਖਾ ਲਿਆ ਕਰੂੰਗੀ ਮੈਂ ਤਾਂ ਆਪਣੀ ਸਿਹਤ ਬਣਾਵਾਂ ਲਓ ਸੁਣਨਾ ਗੌਰ ਨਾਲ ਉਹ ਕੀ ਕਹਿੰਦੀ ਹੈ ਉਹ ਕੀ ਜਵਾਬ ਦਿੰਦਾ ਕਵੇ ਪੰਜੀਰੀ ਵੱਡੀਏ ਜੋਰ ਦੀਏ ਪਰ ਜਾਈਏ ਤੂੰ ਕਵੇ ਪੰਜੀਰੀ ਵੱਡੀਏ ਜੋਰ ਦੀਏ ਪਰ ਨੀ ਸ਼ਰੀ ਦਮ ਪਿਆ ਬਿੱਲੋ ਕੀ ਲਾਜ ਬਣਾਈਏ ਕਰੇ ਸ਼ਰੀ ਦਮ ਪਿਆ ਬਿੱਲੋ ਹੁਣ ਕੀ ਲਾਜ ਬਣਾਈਏ ਮੈਂ ਮੁੰਡਿਆਂ ਵਿੱਚ ਭੈਣ ਨੂੰ ਜੂਤਾ ਮਾਂ ਪਿਓ ਨੂੰ ਕੁਝ ਕਹਿਣ ਨਹੀਂ ਜੋਗਾ ਮੈਂ ਮੁੰਡਿਆਂ ਵਿੱਚ ਕਹਿਣ ਨਹੀਂ ਜੋਗਾ ਮਾਂ ਪਿਓ ਨੂੰ ਕੁਝ ਕਹਿਣ ਨਹੀਂ ਜੋਗਾ ਕਰਨਾ ਪੈਂਦਾ ਚਿਲ ਤੋਂ ਸਾਵਾ ਸਾਰੇ ਆਵਾ ਕਰਨ
ਸੁਣਨਾ ਪੈਂਦਾ ਤੇ ਸੁਣਤਾਵਾ ਉੱਠ ਗਿਆ ਏ ਸਾਰਿਆਵਾ ਢੇੜੇ ਨੂੰ ਸਮਝਾਈਏ شريك جنبك يا بلوغي لاج بلاي شريك جنبك يا بلوغي لاج بلاي هور بولي نو بيج هاويلي باپو نو چاہیل بحاني هور بولي نو ਉਹਨੂੰ ਤਾਂ ਚਾਹ ਦੇ ਵਿੱਚ ਬਹੁਤਾ ਦੁੱਧ ਪਾ ਕੇ ਡੋਲੂ ਫੜਾ ਦਿੰਦੀ ਸੀ ਲੈ ਬੇਬੇ ਜੀ ਬਾਪੂ ਜੀ ਨੂੰ ਹਵੇਲੀ 'ਚ ਚਾਹ ਫੜਾਇਆ ਭੇਜਣਾ ਚਾਹ ਲੈਣਾ ਸਵਾਦ ਮੁੰਡੇ ਨੇ ਚਾਹ ਦਾ ਟਕਾ ਕੇ ਰੱਖ ਦਿੱਤਾ ਬੁੜੀ ਨੂੰ ਭੇਜ ਹਵੇਲੀ ਬਾਪੂ ਨੂੰ ਚਾਹ ਦੇਣ ਬਹਾਨੇ ਹੋਰ ਬੁੜੀ ਨੂੰ ਭੇਜ ਹਵੇਲੀ ਬਾਪੂ ਨੂੰ ਚਾਹ ਦੇਣ ਬਹਾਨੇ ਬੁੜੇ ਬੁੜੀ شريف طلب يا بلوك يا جبلاي نو موڑ راگی گئی ٹٹایا مگی ਮੈਂ ਚੁੱਪ ਕਰ ਗਿਆ ਮੈਂ ਤੁਸੀਂ ਰੌਲਾ ਪਾਉਣਾ ਦੂਜੀ ਵਾਰੀ ਠੱਗੀ ਦਾ ਮਤਲਬ ਇਹ ਹੈ ਕਿ ਜਦੋਂ ਪਹਿਲੀ ਵਾਰੀ ਤੇਰਾ ਬਾਪੂ ਮੈਨੂੰ ਦੇਖਣ ਵਾਸਤੇ ਆਇਆ ਸਾਡੇ ਬੁੜੇ ਨੇ ਪਟਵਾਰੀ ਨੂੰ ਘਰੇ ਬੁਲਾ ਲਿਆ ਕਹਿੰਦਾ ਬਸਤਾ ਨਾਲ ਚੱਕ ਲਈ ਤੇ ਉਹ ਪਟਵਾਰੀ ਨਾਲ ਉਹੀ ਬੋਲੀ ਗਿਆ ਲੈ ਕੇ 50 ਰੁਪਏ ਕਹਿੰਦਾ ਜੀ ਸਰਦਾਰ ਜੀ 15 ਕਿੱਲੇ ਫਲਾਨੀ 25 ਕਿੱਲੇ ਟਿਗਣੀ ਆ 10 ਕਿੱਲੇ ਉਹ ਉਹਨੇ 100 ਕਿੱਲਾ ਜ਼ਮੀਨ ਦਾ ਬਣਾਤਾ ਉਹ ਸੀਗੀ ਕਿੰਨੀ ਸਿਰਫ 50 ਕਿੱਲੇ ਸੀਗੀ ਜਦੋਂ ਤੇਰੇ ਬਾਪੂ ਨੇ ਸੁਣਿਆ ਵੀ 100 ਕਿੱਲਾ ਜ਼ਮੀਨ ਦਾ ਉਹਨੇ ਸੋਚਿਆ ਕੱਲਾ ਕੱਲਾ ਮੁੰਡਾ ਕੁੜੀ ਰਾਜ ਕਰੂਗੀ ਉਹ ਜਦੀ ਰਿਸ਼ਤਾ ਕਰ ਮੇਰੇ ਜਦੀ ਮੂੰਹ ਦੇ ਵਿੱਚ ਲੱਡੂ ਪਾ ਗਿਆ ਤੇ ਹੁਣ ਦੂਜੀ ਵਾਰੀ ਉਦੋਂ ਠੱਗੀ ਮਾਰ ਗਿਆ ਮੈਂ ਕਿਹਾ ਵੀ ਬਾਪੂ ਨੂੰ ਮੈਂ ਬਾਪੂ ਤੂੰ ਝੂਠ ਕੇ ਬੋਲਿਆ ਕਹਿੰਦਾ ਪੁੱਤ ਗੱਲ ਇਹ ਹੈ ਰਿਸ਼ਤੇ ਰੁਸ਼ਤੇ ਲੈਣ ਵਾਸਤੇ ਕਈ ਵਾਰੀ ਬੋਲਣਾ ਪੈਂਦਾ ਫਿਕਰ ਨਾ ਕਰ ਇਕੱਲਾ ਹੈਗਾ 50 ਕਿੱਲੇ ਤੇਰੇ ਕੋਲ ਜ਼ਮੀਨ ਹੈਗੀ ਹੈ ਪਰ ਹੁਣ ਹੁਣ 50 ਦੀ ਜਿੱਥੇ ਜਦੋਂ ਦੂਜਾ ਆ ਗਿਆ 50 ਦੀ 25 ਰਹਿ ਗਈ ਹੈ ਨਾ 25 ਰਹਿ ਗਈ ਹੈ ਨਾ ਨਾਲੇ ਹਾਲੇ ਪੁੜੇ ਦੇ ਅਗਲੇ ਪ੍ਰੋਗਰਾਮ ਦਾ ਕੋਈ ਪੱਕਾ ਪਤਾ ਨਹੀਂ ਹੈ ਫੁੱਲ ਬਣ ਜਾਂਦੀਆਂ ਗੁਲਾਬ ਬਣ ਜਾਂਦੀਆਂ ਫੁੱਲ ਬਣ ਜਾਂਦੀਆਂ ਗੁਲਾਬ ਬਣ ਜਾਂਦੀਆਂ ਉਹ ਗੁਲਾਬ ਪਾਲੇ ਵਿੱਚ ਸ਼ਰਾਬ ਬਣ ਜਾਂਦੀਆਂ
ਆਵੇ ਸ਼ਰਾਬ ਬਣ ਜਾਂਦੀ ਓ ਸੁਣੀ ਫੁੱਟਬਾਲ ਪੜ ਕੇ ਬਾਣੀ ਦੇ ਬਿੱਤੀ ਬੱਟੇ ਨਾਲ ਚੜ ਗਈ ਵੇ ਰਾਤੇ ਨਾਲ ਚੜ ਗਈ ਵੇ ਰਾਤੇ ਨਾਲ ਚੜ ਗਈ ਵੇ ਰਾਤੇ ਨਾਲ ਰਾਤੇ ਨਾਲ ਚੜ ਗਈ ਵੇ ਰਾਤੇ ਨਾਲ ਚੜ ਗਈ ਵੇ ਰਾਤੇ ਨਾਲ ਮੇਰੇ ਕਿੱਦੇ ਵਿੱਚ ਨਾ ਓ ਮੇਰੇ ਬਾਦੀਏ ਮੇਰੇ ਕਿੱਦੇ ਵਿੱਚ ਨਾ ਓ ਮੇਰੇ ਬਾਦੀਏ ਮੇਰੇ ਕੰਜਰਾਂ ਦਾ ਓ ਥੋੜ ਬਾਦੀਏ ਕੋਰੀ ਕੋਰੀ ਚੱਪਣ ਚ ਅੱਗ ਲੈਣ ਆਵੇਗੀ ਕੋਰੀ ਕੋਰੀ ਚੱਪਣ ਚ ਅੱਗ ਲੈਣ ਆਵੇਗੀ ਕੋਰੀ ਕੋਰੀ ਚੱਪਣ ਚ ਅੱਗ ਲੈਣ ਆਵੇਗੀ ਕੋਰੀ ਕੋਰੀ ਚੱਪਣ ਚ ਅੱਗ ਲੈਣ ਆਵੇ ਤੈਨੂੰ ਵੇਖ ਕੇ ਕਾਲ ਜਾ ਠਾਰਾਂਗੇ ਤੇਰੀ ਚੱਪਣੀ ਤੇਰੀ ਚੱਪਣੀ ਬਣਾ ਕੇ ਮਾਰਾਂਗੇ ਨੀ ਤੇਰੀ ਚੱਪਣੀ ਬਣਾ ਕੇ ਮਾਰਾਂਗੇ ਬੜਾ ਕੁੱਟਿਆ ਤੇ ਤੂੰ ਬੜਾ ਰੋਈ।